ਚਾਦਰ ਵਾਂਗੂ ਜਿੱਦਾਂ ਵਿਆਹ ਵਾਲੇ ਟਾਈਮ ਪਾਈ ਆਹੋ ਤੈਨ ਤੈਨ ਚਾਦਰਾਂ ਵਾਂਗੂ ਪਾ ਦੇ ਚੱਲੋ ਇਹਦਾ ਇੱਕੋ ਵਾਰੀ ਵਿਆਹ ਹੁੰਦਾ ਨਾ ਯਾਰ ਕਿਉਂ ਨੀ ਪਾਉਣੀਆਂ ਸੋਹਣਾ ਲੱਗਦਾ ਬਸ ਉਹ ਮੈਨੂੰ ਜ਼ਿਆਦਾ ਆਉਂਦੀ ਹੈ ਪਰ ਪੁੱਤ ਅੱਜ ਵੀ ਹੀਰੋ ਹੈ ਕੱਲ ਵੀ ਹੀਰੋ ਤੇ ਪਰਸੋਂ ਵੀ ਹੀਰੋ ਇਦਾਂ ਕੋਈ ਕਹਿਣ ਦੇ ਬਚਪਨ ਚਲਾ ਗਿਆ ਜਵਾਨੀ ਚਲੀ ਗਈ ਜ਼ਿੰਦਗੀ ਕੀ ਆਖਰੀ ਨਿਸ਼ਾਨੀ ਚਲੀ ਗਈ ਕਈ ਯਾਰ ਕੋਈ ਗਲਤੀਆਂ ਹੋ ਜਾਂਦੀਆਂ ਬੰਦੇ ਕੋਲ ਸ਼ੌਂਕ ਦੋ ਵਾਰ ਪੂਰੇ ਕਰਨੇ ਪੈਂਦੇ ਆਪਣਾ ਇਦਾਂ ਮੈਂ ਇਦਾਂ ਕਰਦੇ ਨਾ ਦੁਕਾਨਾਂ ਦੇ ਉੱਤੋਂ ਪਰੇ ਬੁੱਧ ਮੰਦਿਰ ਵੱਲ ਨੂੰ ਵਲੌਗ ਬਣਾਇਆ ਨੀ ਕਿਸੇ ਦੀ ਡੈਥ ਹੋ ਗਈ ਸੀਗੀ ਫਿਰ ਆਪਾਂ ਵਲੌਗ ਅੱਗੇ ਬਣਾਇਆ ਨੀ ਫਿਰ ਆਪਾਂ ਘਰੇ ਆ ਗਏ ਸੀਗੇ ਠੀਕ ਹੈ ਚੰਗਾ ਨੀ ਲੱਗਦਾ ਤੇ ਬਾਕੀ ਸਾਰਿਆਂ ਨੂੰ ਮੁਬਾਰਕਾਂ ਆਪਣਾ ਚੈਨਲ ਜਿਹੜਾ ਦੂਸਰਾ ਡਿਸਕ੍ਰਿਪਸ਼ਨ 'ਚ ਚੈਨਲ ਦਾ ਲਿੰਕ ਦਿੱਤਾ ਗਗਨ ਵਾਲੀ ਮਿਊਜ਼ਿਕ ਉਹਦੇ 'ਤੇ 10,000 ਸਬਸਕ੍ਰਾਈਬਰ ਪੂਰੇ ਹੋ ਗਏ ਆ ਤੇ 50,000 ਵਿਊ ਹੋ ਗਿਆ ਉਹਦੇ 'ਤੇ 40 ਹੋਇਆ ਕਿ 50 ਹੋਇਆ 40-50 ਹੋ ਗਿਆ ਵਾ ਠੀਕ ਹੈ ਤੇ ਬਸ ਥੋੜ੍ਹਾ ਜਿਹਾ ਰਹਿ ਗਿਆ ਹੋਰ 20,000 ਵਿਊ ਹੋਰ ਹੋ ਜਾਵੇ 60-70,000 ਵਿਊ ਹੋ ਜਾਵੇ ਤਾਂ ਮੇਰੇ ਖਿਆਲ ਨਾਲ ਮੋਨਟਾਈਜ਼ ਹੋ ਜਾਊਗਾ 3,000 ਮਿੰਟ ਹੋ ਗਏ ਆ 3,000 ਹਾਂ 3,000 ਮਿੰਟ ਕੀ ਘੰਟੇ 3,000 ਮਿੰਟ ਘੰਟੇ ਹੋ ਗਏ 10,000 ਰਹਿ ਗਏ ਆ ਬਸ ਤੇ ਸਬਸਕ੍ਰਾਈਬ 10,000 ਦਾ ਟਾਰਗੇਟ ਆਪਾਂ ਰੱਖਿਆ ਸੀ ਤੇ 10,000 ਹੋ ਗਿਆ ਫਿਰ ਆਪਾਂ ਟਾਰਗੇਟ ਵਧਾ ਕੇ 20,000 ਕਰਤਾ ਸੀਗਾ ਹੁਣ ਸਾਰੇ ਜਣੇ ਜਿਹਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰੀ ਜਾਓ ਕਿ 20,000 ਸਬਸਕ੍ਰਾਈਬਰ ਹੋ ਜਾਣ ਵੈਸੇ ਉਹ ਟਾਰਗੇਟ ਨਹੀਂ ਹੈਗਾ ਉੱਦਾਂ ਵਾ ਕਿ ਤੁਸੀਂ ਸਾਰੇ ਜਣੇ ਸਬਸਕ੍ਰਾਈਬ ਕਰੀ ਜਾਓ ਕਿ 20,000 ਹੋ ਜਾਣ ਗਾਣਾ ਆਪਾਂ ਪਹਿਲਾਂ ਵੀ ਪਾ ਦੇਣਾ ਵਾ ਉਹਦਾ ਕੋਈ ਚੱਕਰ ਨਹੀਂ ਬਸ ਚੈਨਲ ਮੋਨਟਾਈਜ਼ ਹੋ ਜਾਵੇ ਇੱਕ ਵਾਰੀ ਸੋ ਡਿਸਕ੍ਰਿਪਸ਼ਨ 'ਚ ਲਿੰਕ ਆ ਗਗਨ ਵਾਲੀ ਮਿਊਜ਼ਿਕ ਚੈਨਲ ਦਾ ਸਾਰੇ ਜਣੇ ਜਾ ਕੇ ਚੈਨਲ ਦੇ ਉੱਤੇ ਵੀਡੀਓ ਜਿਹੜੀ ਪਈ ਆ ਜ਼ਰੂਰ ਦੇਖੋ ਉਹਦਾ ਵਾਚ ਟਾਈਮ ਪੂਰਾ ਹੋਵੇ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਅਤੇ ਉਹਦੇ ਵਿੱਚ ਕਾਲਾ ਇਲਮ ਗਾਣਾ ਹੈਗਾ ਬਲੈਕ ਮੈਜਿਕ ਜਿਹਨੇ ਨਹੀਂ ਸੁਣਿਆ ਉਹ ਸਾਰੇ ਜਣੇ ਅੱਜ ਜਾ ਕੇ ਉਹਦੇ 'ਚ ਦੋ ਵਰਜ਼ਨ ਆ ਦੋਵੇਂ ਸੁਣ ਸਕਦੇ ਆ ਕਮੈਂਟ ਕਰਕੇ ਦੱਸੋ ਕਿਹੜਾ ਵਰਜ਼ਨ ਜ਼ਿਆਦਾ ਸੋਹਣਾ ਵਾ ਫਿਰ ਦੱਸਿਓ ਫਿਰ ਆਪਾਂ ਆਡੀਓ ਜਾਂ ਵੀਡੀਓ ਦੇ ਸਮੇਤ ਗਾਣਾ ਛੱਡ ਦੇਵਾਂਗੇ ਠੀਕ ਆ ਸੋ ਵਲੌਗ ਦੀ ਸਟਾਰਟਿੰਗ ਕਰਤੀ ਆ ਬਸ ਬਾਕੀ ਸਫਾਈ ਹੋਣ ਦੀ ਦੀਵਾਲੀ ਦੀ ਘਰੇ ਮੰਮਾ ਅਤੇ ਹਜ਼ੂਰ ਸਾਹਿਬ ਚੱਲ ਗਏ ਆ ਅਤੇ ਬੀਬੀ ਰਾਜੂ ਅਤੇ ਆਂਟੀ ਲੱਗੇ ਆ ਸਫਾਈ ਕਰਨ ਘਰ ਦੀ ਆਹ ਦੇਖੋ ਮੇਰੇ ਕਮਰੇ 'ਚ ਕੀ ਨਰਕ ਪਿਆ ਹੋਇਆ ਮੈਕਡੋਨਲ KFC ਬੈਗ ਬੂਗ ਆ ਜਦੋਂ ਤਾਂ ਚੰਡੀਗੜ੍ਹੋਂ ਆਏ ਉਦੋਂ ਤਾਂ ਇੱਦਾਂ ਹੀ ਆ ਪੱਖਾ ਵੇਖੋ ਕਿੰਨਾ ਸਾਫ਼ ਸੁਥਰਾ ਹੋਇਆ ਕਮਰੇ ਦਾ ਕਿੱਡੀ ਸਫਾਈ ਰੱਖੀ ਆ ਅਤੇ ਬਾਕੀ ਚਲੋ ਸਫਾਈ ਹੋ ਜਾਣੀ ਇੱਕ ਤਾਂ ਖੁਰਕ ਅਤੇ ਚੱਲੀਏ ਫਿਰ ਹੁਣ ਆਪਾਂ ਚੱਲੇ ਮਾੜੇ ਜਿਹਾ ਪ੍ਰਮੋਸ਼ਨ ਕਰਨਾ ਆਪਣੇ BMS ਫੈਸ਼ਨ ਜਲੰਧਰ ਅਤੇ ਫਿਰ ਉੱਥੋਂ ਦੀ ਆ ਗਏ ਫਿਰ ਕਰਦੇ ਵਲੌਗ ਸ਼ੂਟ ਦੇਖਦੇ ਮਾਹੌਲ ਚੱਲ ਰਿਹਾ ਸਫਾਈਆਂ ਚੱਲਣ ਦੀਆਂ ਥੱਲੇ ਚੱਲ ਰਹੀਆਂ ਸਫਾਈਆਂ ਕਰਕੇ ਖੋਲ ਦਰਵਾਜ਼ਾ ਹੋਰ ਸਾਰੇ ਸਭ ਠੀਕ ਠਾਕ ਸਾਰੇ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਡਿਸਕ੍ਰਿਪਸ਼ਨ 'ਚ ਲਿੰਕ ਦਿੱਤਾ ਹੋਇਆ ਵਾ ਅਤੇ ਆਹ ਕੂੜਾ ਕੱਢਿਆ ਆਹ ਵੀ ਮੇਰਾ ਵਾ ਨਹੀਂ ਆਹ ਰਾਜੂ ਦਾ ਵਾ ਨਿੱਕੇ ਹੁੰਦੇ ਦਾ ਆਹ 2006-07 'ਚ ਲਿਆ ਸੀਗਾ ਆਹ ਵਾਲਾ ਅਤੇ ਆਹ ਝੂਲਾ ਆਹ ਵਾਲਾ ਮੇਰਾ ਵਾ ਇਹ 2007 'ਚ ਲਿਆ ਸੀਗਾ ਜਦੋਂ ਮੈਂ ਹੋਇਆ ਸੀ ਸਟੋਰ 'ਚ ਪਿਆ ਸੀ ਸਾਰਾ ਕੁਛ ਮੈਮਰੀ ਸਪਰਿੰਗ ਬੈਕ ਮੈਮਰੀਸ ਇਹ ਵੀ ਪੁਰਾਣਾ ਵਾ ਬੜਾ ਇਹ ਪਤਾ ਨਹੀਂ ਕੀ ਹੈ ਅਤੇ ਇਹ ਵੋਕਰ ਰਾਜੂ ਦਾ ਕਿ ਪਤਾ ਨਹੀਂ ਮੇਰਾ ਪਤਾ ਨਹੀਂ ਕੀ ਹੈਗਾ ਵਾ ਬਸ ਇਹ ਸਾਡੀ ਗਾਈ ਰਾਜ ਚੀਜ਼ਾਂ ਹਟਾਈਏ ਗੱਡੀ ਪੈਕ ਕਰਨੀ ਚਲੋ ਮਿਲਦੇ ਹਾਂ ਤੁਹਾਨੂੰ ਬਾਅਦ 'ਚੋਂ ਪ੍ਰਮੋਸ਼ਨ ਕਰ ਆਏ ਹਾਂ ਹੋ ਗਏ ਉੱਧਰੋਂ ਵਿਹਲੇ ਅਤੇ ਹੁਣ ਸਭ ਹੀ ਗਿਆ ਮਾੜੇ ਪੱਠੇ ਲੈਣ ਉੱਦਾਂ ਦੇ ਪੱਠੇ ਚੌਂਕ 'ਚ ਮਿਲ ਜਾਂਦੇ ਆਪਾਂ ਨੂੰ ਪਰ ਕਦੀ ਕਦੀ ਇੱਧਰ ਆਉਣਾ ਪੈਂਦਾ ਫਿਰ ਕਿਸ਼ਨਪੁਰਾ ਚੌਂਕ ਅਤੇ ਕਿਸ਼ਨਪੁਰਾ ਚੌਂਕ ਨਹੀਂ ਲੰਮਾ ਪਿੰਡ ਚੌਂਕ ਕਿਸ਼ਨਪੁਰਾ ਚੌਂਕ ਉੱਧਰ ਆ ਅਤੇ ਫਿਰ ਲੰਮਾ ਪਿੰਡ ਚੌਂਕ ਆਉਣਾ ਪੈਂਦਾ ਹੁਣ ਸਭ ਹੀ ਗਿਆ ਪੱਠੇ ਲੈਣ ਉੱਧਰ ਸਾਹਮਣੇ ਕਈ ਵੀਰ ਆਪਾਂ ਨੂੰ ਉੱਥੇ ਗਿਆ ਸਭ ਹੀ ਪੱਠੇ ਲੈਣ ਅਤੇ ਪੱਠੇ ਲੈ ਕੇ ਆਉਂਦਾ ਵਾ ਅਤੇ ਫਿਰ ਆਪਾਂ ਜਾਂਦੇ ਹਾਂ ਕਿਸੇ ਪਾਸੇ ਕਿਤੇ ਨਾ ਕਿਤੇ 'ਤੇ ਜਾਵਾਂਗੇ ਫਿਰ ਜਾਵਾਂਗੇ ਘਰ ਨੂੰ ਅਤੇ ਘਰ ਜਾ ਕੇ ਫਿਰ ਕਿਉਂਕਿ ਇੱਕ ਐਕਟੀਵਾ ਦਾ ਦੇਖਣਾ ਵਾ ਪਾਪਾ ਨੇ ਐਕਟੀਵਾ ਨੂੰ ਕਰਤਾ ਵਾ ਮਨਾ ਪਾਪਾ ਕਹਿੰਦੇ ਕਿ ਮੈਨੂੰ ਐਕਟੀਵਾ ਨਹੀਂ ਚਾਹੀਦੀ ਮੈਂ ਐਕਟੀਵਾ ਹਜੇ ਨਹੀਂ ਲੈਣੀ ਹੁਣ ਪਤਾ ਨਹੀਂ ਲੱਗਣ ਡਿਆ ਕੀ ਗਿਫਟ ਕਰੀਏ ਰਾਜੂ ਦਾ ਤਾਂ ਮੈਂ ਸੋਚ ਲਿਆ ਪੈਸੇ ਦੇ ਦੇਣੇ ਆ ਉਹ ਕਹਿੰਦੀ ਮੈਂ ਵਾਲਪੇਪਰ ਲਵਾਉਣਾ ਵਾ ਤੂੰ ਵਾਲਪੇਪਰ ਲਵਾ ਲੂਗੀ ਰੂਮ ਦੇ ਵਿੱਚ ਬੀਬੀ ਨੂੰ ਬੀਬੀ ਵੀ ਕਹਿੰਦੀ ਮੈਨੂੰ ਸੂਟ ਲੈ ਦੇ ਅਤੇ ਬੀਬੀ ਨੂੰ ਵੀ ਮੈਂ ਪੈਸੇ ਦੇ ਦੇਣੇ ਆ ਉਹਨਾਂ ਨੇ ਵੀ ਆਪੇ ਸੂਟ ਲੈ ਲੈਣਾ ਅਤੇ ਉੱਦਾਂ ਪਾਪਾ ਲਈ ਆਪਾਂ ਐਕਟੀਵਾ ਸੋਚੀ ਸੀਗੀ ਅਤੇ ਫਿਰ ਪਾਪਾ ਨੂੰ ਆਪਾਂ ਪੈਸੇ ਦੇ ਦਾਂਗੇ ਪਾਪਾ ਫਿਰ ਆਪੇ ਵੇਖ ਲੈਣਗੇ ਜੋ ਉਹਨਾਂ ਨੇ ਲੈਣਾ ਵਾ
ਬਸ ਇਹੀ ਆ ਫਿਰ ਅਗਲਾ ਵੇਖਦੇ ਹਾਂ ਹੁਣ ਐਸ ਪੀ ਵੱਲ ਵੀ ਜਾਣਾ ਆਪਾਂ ਐਸ ਪੀ ਪਹੁੰਚ ਗਿਆ ਪਿੰਡ ਦਿਆਲਗੜ੍ਹ ਜ਼ਿਲ੍ਹਾ ਬਟਾਲਾ ਨਹੀਂ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਪਿੰਡ ਨਹੀਂ ਜ਼ਿਲ੍ਹਾ ਬਟਾਲਾ ਨਹੀਂ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਅਤੇ ਡਿਸਟ੍ਰਿਕਟ ਦਿਆਲਗੜ੍ਹ ਸ਼ਾਇਦ ਇੱਦਾਂ ਹੀ ਆ ਕੁਛ ਦਿਆਲਗੜ੍ਹ ਪਿੰਡ ਸਿੱਧਾ ਸੋਨਾ ਦਿਆਲਗੜ੍ਹ ਪਿੰਡ ਸ਼ਹਿਰ ਬਟਾਲਾ ਅਤੇ ਜ਼ਿਲ੍ਹਾ ਗੁਰਦਾਸਪੁਰ ਐਸ ਪੀ ਰੰਧਾਵਾ ਸਾਹਿਬ ਪਹੁੰਚ ਗਏ ਨੇ ਉੱਥੇ ਮਕਾਨ ਨੰਬਰ ਨੀਅਰ ਗੁਰਦੁਆਰਾ ਸਾਹਿਬ ਠੀਕ ਹੈ ਅਤੇ ਕੱਲ੍ਹ ਦਾ ਪਹੁੰਚਿਆ ਵਾ ਫਿਰ ਮਿਲਦੇ ਹਾਂ ਬਟਾਲੇ ਜਾ ਕੇ ਨਾਲੇ ਭੂਈ ਨੂੰ ਮਿਲ ਆਉਂਦੇ ਹਾਂ ਨਾਲੇ ਐਸ ਪੀ ਕੋ ਦੋ ਦਿਨ ਰਹਿ ਆਉਂਦੇ ਹਾਂ ਫਿਰ ਦਿਵਾਲੀ 'ਤੇ ਵਾਪਸ ਆ ਜਾਵਾਂਗੇ ਘਰ ਫਿਰ ਅਤੇ ਬਾਕੀ ਮੰਮਾ ਵੀ ਠੀਕ ਠਾਕ ਪਹੁੰਚ ਗਏ ਆ ਉਹਨਾਂ ਨੇ ਵੀ ਹਫ਼ਤੇ ਕੁ ਤੱਕ ਆਉਣਾ ਵਾਪਸ ਬਾਕੀ ਜਾ ਕੇ ਘਰ ਜਾ ਕੇ ਵਲੋਗ ਬਣਾਵਾਂਗੇ ਫਿਰ ਠੀਕ ਆ ਬਾਕੀ ਸਾਡਾ ਪਤਾ ਕੋਈ ਨਹੀਂ ਐਕਟਿਵਾ ਲਿਆ ਵੀ ਆਈਏ ਤੁਹਾਡਾ ਬਜਟ ਜਿਹਾ ਹਿੱਲਿਆ ਵਾ ਬਾਕੀ ਲੈ ਕੇ ਵੀ ਆ ਸਕਦੇ ਹਾਂ ਅਸੀਂ ਐਕਟਿਵਾ ਪਰ ਹਜੇ ਪਾਪਾ ਨੇ ਮਨਾ ਕੀਤਾ ਕਿ ਮੈਨੂੰ ਐਕਟਿਵਾ ਗਿਫਟ ਨਾ ਕਰੀ ਕਿ ਮੈਂ ਨਹੀਂ ਹਜੇ ਠੀਕ ਹੈ ਕੋਈ ਰੀਜ਼ਨ ਕਰਕੇ ਫਿਰ ਬਾਅਦ 'ਚੋਂ ਫਿਰ ਸੋਚ ਸਮਝ ਕੇ ਤਾਂ ਫਿਰ ਦੇਖ ਲਵਾਂਗੇ ਫਿਰ ਵਲੋਗ ਬਣਾਉਂਦੇ ਹਾਂ ਠੀਕ ਹੈ ਸੋ ਉਦੋਂ ਤੱਕ ਤੁਸੀਂ ਚੈਨਲ ਸਬਸਕ੍ਰਾਈਬ ਕਰੋ ਗਗਨ ਲਾਲੀ ਮਿਊਜ਼ਿਕ ਅਤੇ ਵੀਡੀਓ ਦੇਖੋ ਬਸ ਵੀ ਆਰ ਸਬਸਕ੍ਰਾਈਬਰ ਕਰ ਦਿਉ ਬਸ ਬਾਏ ਮੇਰੇ ਕੋਲ ਸਾਰਾ ਸੈਟਅਪ ਕਰਵਾਇਆ ਵਾ ਬਿਠਾ ਗਏ ਇੱਥੇ ਆ ਪਹਿਲਾਂ ਆਪਾਂ ਸਾਰਾ ਸੈੱਟ ਕੀਤਾ ਇਹਨੂੰ ਤੁਹਾਨੂੰ ਦਿਖਾਇਆ ਸੀ ਨਾ ਮੇਰਾ ਛੋਟੇ ਹੁੰਦੇ ਦਾ ਇਹਨੂੰ ਨੱਟ ਨੁੱਟ ਲਾ ਕੇ ਸਾਰਾ ਸੈਟਅਪ ਕੀਤਾ ਦੇਖੋ ਹਜੇ ਵੀ ਪੂਰਾ ਚੰਗਾ ਭਲਾ ਇਹ 'ਚ ਘੱਟੋ ਘੱਟ ਨਹੀਂ ਚਾਰ ਪੰਜ ਨਿਆਣੇ ਖੇਡ ਗਏ ਆ ਇਹਨੂੰ ਰੰਗ ਕਰਾ ਕੇ ਰੱਖਦੇ ਸਾਫ਼ ਕਰਾ ਕੇ ਰੱਖਦੇ ਆ ਨਵੀਂ ਗੱਦੀ ਫਿਰ ਨਿਆਣੇ ਹੋਣੇ ਨਹੀਂ ਦੱਸ ਸਾਡੇ ਪਰਿਵਾਰ 'ਚ ਨਿਆਣੇ ਜਮਣ ਬੰਦ ਹੋ ਜਾਣੇ ਹੈ ਹਜੇ ਤਾਂ ਗੈਵੀ ਹੋਣ ਜੇ ਗੈਵੀ ਹੋਇਆ ਹੈ ਨਹੀਂ ਨਹੀਂ ਮੈਂ ਤਾਂ ਨਹੀਂ ਖੇਡਣਾ ਇਹਨੂੰ ਫਿਰ ਰੰਗ ਕਰਾ ਕੇ ਰੱਖਦੇ ਪਾਪਾ ਦੱਸੂਗੇ ਪਾਪਾ ਕਿੱਥੋਂ ਕਿੱਥੋਂ ਲਿਆਏ ਸੀਗੇ ਸਾਰਾ ਕੁਛ ਹੀ ਸਭ ਤੋਂ ਪਹਿਲਾਂ ਕੀ ਲਿਆਂਦਾ ਭਲਾ ਆਹ ਬੋਕਰ ਜਿਹਾ ਲਿਆਂਦਾ ਇਹ ਕਿੱਥੋਂ ਲਿਆਂਦਾ ਕਿੱਥੋਂ ਤੇ ਉਹਨਾਂ ਨੂੰ ਸੋਨੇ ਦੀ ਕੋਈ ਚੀਜ਼ ਨੀ ਲੱਭੀ ਛਾਪੜੀ ਜੀ ਚਾਈਲਡ ਫਨ ਕੰਪਨੀ ਦਾ ਲਿਆ ਕੇ ਆਉਂਦਾ ਸੀ ਆਨੰਦਪੁਰ ਸਾਹਿਬ ਤੋਂ ਆ ਵੀ ਹਜੇ ਠੀਕ ਆ ਚੰਗਾ ਭਲਾ ਵਾ ਟਾਇਰ ਜੇ ਪੈਣ ਵਾਲੇ ਆ ਇਹ ਫਿਰ ਆਪਾਂ ਸੜਕ ਤੋਂ ਜਲਿਆਂਦੀ ਏਦਾਂ ਹੀ ਚੱਕੀ ਸੀਗੀ ਤਾਂ ਕਰਕੇ ਤੇ ਆਹ ਫਿਰ ਆ ਇਹ ਤੁਹਾਡੀ ਡਿਊਟੀ ਸੀ ਜਦੋਂ ਉਦੋਂ ਹਨਾ ਇਹ ਵੀ ਮੇਰਾ ਛੋਟੇ ਹੁੰਦਾ ਤਾਂ ਇਹ ਫਿਰ ਆ ਹਜੇ ਵੀ ਠੀਕ ਆ ਚੰਗਾ ਭਲਾ ਤੈਨੂੰ ਸੈਕਿੰਡ ਹੈਂਡ ਸਮਾਨ ਦਿੱਤਾ ਕਿਉਂਕਿ ਜਦੋਂ ਜਿਹੜਾ ਬੰਦਾ ਕੂੜੇ 'ਚ ਲਿਆਂਦਾ ਹੋਵੇ ਫਿਰ ਸ਼ੁਕਰ ਕਰ ਬੱਤੀ ਪਾਲੀ ਫਤਿਹ ਮੇਰੇ ਤੋਂ ਸ਼ੁਰੂ ਹੋਏ ਨਾ ਫਿਰ ਮੇਰੇ ਤੋਂ ਸ਼ੁਰੂ ਹੋਏ ਲੋ ਵੀ ਆ ਸਾਰਾ ਇੱਦਾਂ ਤੁਹਾਨੂੰ ਕਿੱਦਾਂ ਲੱਗਣਾ ਤੁਹਾਡਾ ਮੁੰਡਾ ਹੁਣ ਏਡਾ ਵੱਡਾ ਸਟਾਰ ਸੈਲੀਬ੍ਰਿਟੀ ਬਣ ਗਿਆ ਇਹਨਾਂ ਝੂਲਿਆਂ 'ਚ ਖੇਡਦਾ ਰਿਹਾ ਹੁਣ ਕਿੱਡਾ ਵੱਡਾ ਸਟਾਰ ਸੈਲੀਬ੍ਰਿਟੀ ਬਣ ਗਿਆ ਮੈਂ ਜਿੰਨਾ ਕੁ ਵੀ ਹੈਗਾ ਚਲੋ ਸਟਾਰ ਤਾਂ ਲੱਗਦਾ ਹੀ ਹੈ ਨਾ ਸਟਾਰ ਤਾਂ ਨਾਲ ਲੱਗਣ ਡਿਆ ਹੋਣਾ ਦੇਖੋ ਪਹਿਲਾਂ ਮੈਂ ਇੱਕ ਸੀਗਾ ਟਿਕਟੋਕਰ ਫਿਰ ਮੈਂ ਹੋਇਆ ਇੰਸਟਾਗ੍ਰਾਮਰ ਫਿਰ ਮੈਂ ਹੋਇਆ ਸਨੈਪਚੈਟ ਫਿਰ ਮੈਂ ਹੋਇਆ ਯੂਟਿਊਬਰ ਫਿਰ ਹੁਣ ਤਕਰੀਬਨ ਸਿੰਗਰ ਕਿੰਨੀ ਮੈਂ ਮਤਲਬ ਓਪਰਚੁਨਿਟੀ ਸਹਾਇਤ ਕੀਤੀ ਕੀ ਹੁੰਦਾ ਵਾ ਲੈਵਲ ਕਿੱਡਾ ਮੈਂ ਛੋਟੇ ਛੋਟੇ ਗਾਇਕ ਕਿੱਡਾ ਲੈਵਲ ਉਹ ਵੀ ਆਪਣੇ ਦਮ ਤੇ ਬਾਕੀ ਪੈਸੇ ਬਚਾ ਲਿਆ ਹੀ ਨਾ ਰੋਟੀਆਂ ਹੀ ਕੱਲੀਆਂ ਅੱਜ ਰੋਟੀ ਬਾਹਰੋਂ ਮੰਗਾਈ ਕਿਉਂਕਿ ਫਿਰ ਘਰ ਦੀਆਂ ਸਫਾਈਆਂ ਕਰਕੇ ਘਰ ਬਣਾਇਆ ਕੁਛ ਰਸੋਈ ਦੀ ਵੀ ਸਫਾਈ ਰਸ ਮਲਾਈ ਲੈ ਆਓ ਹੋਊਗੀ ਫਿਰ ਦੇਖ ਲਿਓ ਉਹਦੇ ਤੇ ਬਾਕੀ ਹੈ ਆਪਣਾ ਆਪਣੀ ਕੋਈ ਗੱਲ ਕਰਦੇ ਇਹਨੂੰ ਧੋ ਧੋ ਕੇ ਰੱਖਣਾ ਵਾ ਸਾਰੇ ਸਾਫ਼ ਸੁਥਰੇ ਆਪੇ ਕਰਿਓ ਇਹਨੂੰ ਸਵੇਰੇ ਧੋਇਓ ਦਿਵਾਲੀ ਤੇ ਤੁਸੀਂ ਕੋਈ ਕੰਮ ਨੀ ਕਰਨਾ ਕੀ ਚੁੱਪ ਕਰਕੇ ਨਾ ਤੁਸੀਂ ਤੁਹਾਨੂੰ ਸਾਰਿਆਂ ਨੂੰ ਬੜਾ ਇਸ ਵਾਰ ਖਰਚਾ ਹੋਇਆ ਇਸ ਵਾਰ ਕੋਈ ਨੀ ਤੇ
दादी मां नूं 2500 सारे 500 रुपया मिलना वा तुसीं अपने गिफ्ट आप ही लै लेने बाहर खर्चदा वा खर्चे करदा ओदों तू हीरो बन जांदा वी मैं सारिआं नूं मैं ही खिलाउणा ते जिदा है जिदा चंडीगढ़ जाके 10-20 हज़ार रुपया जां 50 हज़ार खर्चदा खड़ौने सारे हजे भी सांभे हो तेन फरारी लिया जम दिन पर जेडे होंगे ना मतलब की अजकल जवाक उन्होंने गड्डिया लिया के दिंदे निक्कियां रिमोट वाली अजकल का नहीं ना है तू पिछले कल का ਪਾਈ ਉਹ ਮੈਂ ਆਪ ਲਈ ਆ ਅਨੇ ਗੱਡੀ ਜਿਹੜੇ ਅੱਜ ਕੱਲ ਦੇ ਜਵਾਕ ਉਹਨੂੰ ਹੱਥ ਗੱਡੀ ਬਿਲਕੁਲ ਰਾਈਟ ਹੈ ਮੇਰੀ ਬੇਟੀ ਉਹ ਮੈਂ ਲਈ ਗੱਡੀ ਆਪ ਮੈਂ ਉਹ ਜਿਹੜੇ ਜਿੰਨੇ ਉਹ ਤਾਂ ਬੈਂਕ ਨੂੰ ਪਤਾ ਲੱਗ ਜਾਣਾ ਵੀ ਕਿਹਦੇ ਨਾਂ ਦਾ ਗਿਆ ਪੈਸੇ ਦੇਖੋ ਦੇਖੋ ਗੱਲ ਸੁਣੋ ਗਾਣਾ ਨਹੀਂ ਹੈਗਾ ਉਹ ਜਿਹੜੇ ਸਮੇਂ ਦੇ ਵਿੱਚ ਲੋਕੀ ਘਰੋਂ ਪੈਸੇ ਲੈ ਕੇ ਮੰਗ ਖਾਂਦੇ ਉਸ ਉਮਰ 'ਚ ਲੈ ਲਈ ਕਾਰ ਮੈਂ ਲਈ ਕਾਰ ਜੀ ਉਹ ਲਈ ਕਾਰ ਤੇ ਜਿਹੜਾ ਪਾਪਿਓ ਨੇ ਲੈ ਦਿੱਤਾ ਤੇ 6 ਲੱਖ ਰੁਪਏ ਡਾਊਨ ਪੇਮੈਂਟ ਉਹ ਨਹੀਂ 6 ਨਹੀਂ ਸੀਗੀ ਠੀਕ ਹੈ ਤੇ ਐਵੇਂ ਨਾ ਰਕਮ ਆਪਦਾ ਹੀ ਜਾਇਆ ਕਰੋ ਹੈਗੀ ਸੀ 50-60 ਹਜ਼ਾਰ ਬਾਕੀ ਤੇ ਮੇਰਾ ਕ੍ਰੈਡਿਟ ਕਾਰਡ ਵੱਡਾ ਸੀ ਉਹਨਾਂ ਨੇ ਕਿਹਾ ਕਿ ਨਾ ਵੀ ਕਰੋਗੇ 800 ਚ ਲੈਣ ਗਿਆ ਸੀ 50,000 ਰੁਪਏ ਡਾਊਨ ਪੇਮੈਂਟ ਦੇ ਨਹੀਂ ਨਹੀਂ ਤੇ ਹੁਣ ਆਪਾਂ ਦੀਵਾਲੀ ਦੇ ਮੰਮਾ ਚੱਲ ਗਏ ਹੋਏ ਆ ਹਜੂਰ ਸਾਹਿਬ ਘਰ ਦੀਆਂ ਸਫਾਈਆਂ ਚੱਲਣ ਡੀਆਂ ਵਾ ਤੇ ਹੁਣ ਪਾਪਾ ਨੂੰ ਆਪਾਂ ਗਿਫਟ ਕਰਨਾ ਪਾਪਾ ਦਾ ਗਿਫਟ ਰਹਿ ਗਿਆ ਪਾਪਾ ਕਹਿੰਦੇ ਐਕਟਿਵਾ ਮੈਂ ਲੈਣੀ ਨਹੀਂ ਹੈ ਠੀਕ ਆ ਪਾਪਾ ਕਹਿੰਦੇ ਮੇਰਾ ਦਿਲ ਨਹੀਂ ਕਰਨ ਡਿਆ ਐਕਟਿਵਾ ਲੈਣ ਨੂੰ ਤਾਂ ਉੱਦਾਂ ਮੈਨੂੰ 5,000 ਰੁਪਇਆ ਦੇ ਦੀ ਤੇ ਮੈਂ ਆਪੇ ਕੋਈ ਪੈਂਟ ਸ਼ਰਟ ਲੈ ਆਊਂਗਾ ਠੀਕ ਆ ਪਾਪਾ ਦੀ ਗੱਲ ਮੈਂ ਕਦੀ ਮੋੜੀ ਨਹੀਂ ਕਰਨਾ ਉਹ 5,000 ਰੁਪਇਆ ਤਾਂ ਤੂੰ ਹੀ ਲੈ ਲੈ ਫੋਨ ਆ ਗਿਆ ਹਾਂਜੀ ਬਣਾ ਲਓ ਚਾਹ ਬਣਾਓ ਹਾਂਜੀ ਆਪਾਂ ਖਾਵਾਂਗੇ ਹੁਣ ਜਲੇਬੀਆਂ ਨਹੀਂ ਦੇਖੋ ਤੁਸੀਂ ਮੈਨੂੰ ਕਿਹਾ ਕਿ ਮੈਂ ਐਕਟਿਵਾ ਨਹੀਂ ਲੈਣੀ ਮੇਰਾ ਦਿਲ ਹੈ ਨਹੀਂ ਗਾ ਠੀਕ ਆ ਤਾਂ ਹੁਣ ਮੈਂ ਤੁਹਾਨੂੰ ਰੁਪਈਆ 5,000 ਦੇ ਦੂੰਗਾ ਤੁਸੀਂ ਜੋ ਪੈਂਟ ਸ਼ਰਟ ਉਹ ਜਿਹੜਾ 5 ਤੂੰ ਮੈਨੂੰ ਦੇਣਾ ਨਾ ਉਹ ਵੀ ਪੁੱਤ ਤੂੰ ਹੀ ਰੱਖ ਲੈ ਦੀਵਾਲੀ ਦਾ ਮੇਰੇ ਵੱਲੋਂ ਮੈਂ ਫਿਰ 5 ਨਾਲ ਕੀ ਲਊਂਗਾ ਆਹੋ ਜੋ ਤੁਹਾਡਾ ਦਿਲ ਕਰਦਾ ਆਪਣੇ ਪਤਾ ਕੀ ਮੇਰੇ ਉੱਤੇ ਹੋਰ ਵੀ ਜੁੰਮੇ ਆ ਜਾਣਾ ਮੈਨੂੰ 5,000 ਤੇ ਫਿਰ ਖਰਚਣ ਲੱਗਿਆ 20 ਕਈ ਦਿਨ ਲੱਗ ਜਾਣੇ ਕੀ ਸੋਚਦਾ ਫਿਰੂੰਗਾ ਮੈਂ ਇਹਨੂੰ ਕੀ ਕਰਾਂ ਕੀ ਕਰਾਂ ਚਲੋ ਤੁਸੀਂ ਮੈਨੂੰ ਮੇਰੇ ਤੇ 2 ਜਿਹੜੇ ਦੇਣੇ ਦੀਵਾਲੀ ਦੇ ਦੋ ਛੇਤੀ ਠੀਕ ਹੈ ਜਿੱਦਾਂ ਤੂੰ ਦੇਈ ਜਾਂਦਾ ਇੱਦਾਂ ਮੈਂ ਵੀ ਦੇਈ ਜਾਣੇ ਨਹੀਂ ਤੁਹਾਡਾ ਵੀ ਫਰਜ਼ ਬਣਦਾ ਦੀਵਾਲੀ ਦੇ ਉੱਤੇ ਮੇਰੇ ਪੁੱਤਰ ਮੇਰੇ ਜਿਹੜੇ ਜਿਹੜੇ ਫਰਜ਼ ਬਣਦੇ ਨਾ ਮੈਂ ਹੁਣ ਬਹੁਤ ਤਰੀਕੇ ਨਾਲ ਕੀਤੇ ਮਨਾਏ ਤੇਰੇ ਫੋਨਾਂ ਨੇ ਵੀ ਨਹੀਂ ਛੱਡਦੇ ਜਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਘਰ ਉਹ ਯਾਰ ਮੇਰੀ ਗੱਲ ਸੁਣ ਜਿਹੜੀ ਯੈਲੋ ਪਵਾ ਦਿਓ ਯੈਲੋ ਯੈਲੋ ਕਹਿੰਦਾ ਮੁੰਡਾ ਪਾ ਦੇ ਪਲਾਟ ਆਲੇ ਪਾਸੇ ਉਧਰ ਨੂੰ ਥੱਲੇ ਨੂੰ ਸਾਰੀਆਂ ਠੀਕ ਆ ਅੱਗੇ ਨੂੰ ਥੱਲੇ ਨੂੰ ਤੇ ਫਿਰ ਦੁਕਾਨਾਂ ਦੇ ਉੱਤੋਂ ਦੀ ਤਾਂ ਪੂਰਾ ਉਹ ਇਦਾਂ ਏਦਾਂ ਕਰਦੇ ਨਾ ਦੁਕਾਨਾਂ ਦੇ ਉੱਤੋਂ ਪਰੇ ਬੁੱਧ ਮੰਦਿਰ ਵੱਲ ਨੂੰ ਏਦਾਂ ਤੂੰ ਲੱਭ ਕੇ ਜਿੱਦਾਂ ਵੀ ਕਰਨਾ ਚਲੋ ਚਲੋ ਜ਼ਿਆਦਾ ਨਹੀਂ ਆਪਾਂ ਡਿਸਕ੍ਰਾਈਬ ਕਰਨਾ ਪਰ ਤੁਹਾਨੂੰ ਦੱਸਤਾ ਕਿ 2 ਵਾਰ ਸ਼ੌਂਕ ਪਿਤਾ ਜੀ ਦਾ ਫਰਜ਼ ਬਣਦਾ ਨਹੀਂ ਮੇਰਾ ਨਹੀਂ ਮੈਂ ਦੂਜੀ ਵਾਰੀ ਨਹੀਂ ਕਰਨਾ ਮੈਂ ਨਹੀਂ ਕਰਨਾ ਦੱਸ ਬਿਲਕੁਲ ਨਹੀਂ ਕਿਉਂ ਨਹੀਂ ਕਰਨਾ ਦੂਜੀ ਵਾਰੀ ਐਵੇਂ ਕੋਈ ਵੇਖਣ ਡਿਆ ਹੋਊਗਾ ਉਹਨੇ ਕਹਿਣਾ ਲੈ ਇਹਨਾਂ ਨੇ ਕਰਨਾ ਹੀ ਚਲੋ ਇਹਨਾਂ ਨਾਲ ਨਹੀਂ ਕਰਨਾ ਨਹੀਂ ਨਾ ਕਰ ਪਾਪਾ ਕਿ ਇੱਕ ਵਾਰ ਤੇਰਾ ਸ਼ੌਂਕ ਪੂਰਾ ਕਰਤਾ ਵਾ ਬਸ ਉਹ ਆਖਰੀ ਸੀ
सारा समान बाहर तू सुटता है। मैं सवेरे वीडियो बनाई जो तू सारा कूड़े सुटता है। मेरी बचपन दी यादा कदर नहीं हूं मैं एडा वड्डा हो गया इन्हां ना खेड ला पा होना साइड ते रखने कदर नहीं दा गल वेगी ती इधर राजू तू उधर वड़ जा कहंदे इहदी कदर नहीं हैगी ते बाहर छड़ ते दस हुण मैं एडा वड्डा हो गया इहदे च वड़ के खेडिया करा मैं आ गरीबा उहनां दे घर कुड़ी होई मैं हुके लिया दूंगी कोई नहीं फिर साडे घरे वी फिर न्याणे होणे आ फिर रखना इहनूं मैं तू दांदा मेरा न्याणिआं नूं किते हाथ लगण दे उहदे होणे पुराणे नहीं कोई नहीं एक बार तो रसम तो करांगे आपां एक बार छोटिया छोटिया रसम कर लेंगे यार नहीं नहीं यार रखने सांभ के हुण इन्हां नूं सारयां नूं आपां सही करा के इन्हां फिर उत्ते चढ़ा दो स्टोर च मैं तैनूं होर ज्यादा दसां पुराणी यार अज्ज बाहर सूट पियाई सूट पियाई ते दादू दा एक होर याद दस लभी सफाई कर लगे लभदी होंगे चीजा तो लड़िया फाइनल हो गई वा फिर ठीक है लड़िया आप लवानी इधर साइड से तो शौक फिर एक बार पूरा करना अगो सीधिया यार शौक बस हो गया लड़िया का तो कर ही सकते हो ना कर सकते लड़ी सिंपल पवा दूंगा मैं कह दिना वा जो कहना वा अदरवाइज नहीं उन्होंने कहूंगा मैं 500 रुपया दे दूंगा तू लड़िया मैं नहीं पौनिया ही उदा यार क्यों नहीं पौनिया सोहना लगता बस ज्यादा होती है काठमांडू आ पहाड़ भी गया चूहे ने खादा चूहे ने टुकता चाबी खोलिए दस दस के ना रोला पा दो सारे सारे रोला पा दो होर सारे जन ठीक ठाक लड़ियां फाइनल हो गई हम पापा दे राजू का गिफ्ट देखने आप राजू कहती है कि मैनू कमरे च लवा के दो वॉलपेपर दादी मां नूं आपां सूट लै देना तुहानूं जहाज लै देवां चाचू को जाण वास्ते होर की लैणा तुसीं की लैणा सब तों ज्यादा पुरानी जायदाद पिंड हुंदे जीतो चीर दी ने मैनूं दित्तियां पिंड हुंदे लद्दे मुंडे चांदी दीआं वाइट गोल्ड दीआं सूट मैं क्या फिर चमन परास लै तू पांच किलो दसो की लैना बीबी नू पांच किलो चमन परास ना रवाइटल रवाइटल दा क्या पसंद ना करो ना करो मेरा बहुत हीरो पोते पोत गाना सुना लगे बचपन आला बचपन आला को गाना तुम सुना लगे मैं बचपन आला सुना लगे बचपन चला गया जवानी चली गई जिंदगी की आखिरी निशानी चली गई चल ਕਿੱਥੇ ਚਲੇ ਗਏ ਤੇ ਜਵਾਨੀ ਸ਼ੁਰੂ ਹੋ ਗਈ ਜਵਾਨੀ ਨਿਕਲ ਗਈ ਪੁੱਤ ਤੇਰੇ ਇਦਾਂ ਨਹੀਂ ਹੁੰਦਾ ਇੱਕ ਵਾਰੀ ਸ਼ੌਂਕ ਪੂਰੇ ਕਰਨਾ ਜਵਾਨੀ ਨਹੀਂ ਚੱਲ ਜਾਂਦੀ ਐ ਜਵਾਨੀ ਸ਼ੁਰੂ ਹੋਈ ਆ ਠੀਕ ਆ ਹੁਣ ਅਸੀਂ ਦਾਦੀ ਮਾਂ ਨੇ ਕਹਿਤਾ ਕਿ ਮੈਨੂੰ ਸੂਟ ਲੈ ਦਿਓ ਠੀਕ ਆ ਦਾਦੀ ਮਾਂ ਦਾ ਸੂਟ ਰਾਜੂ ਦੇ ਕਮਰੇ ਦਾ ਵਾਲਪੇਪਰ ਤੇ ਪਾਪਾ ਨੂੰ 5000 ਰੁਪਈਆ ਬਸ ਸਾਰਾ ਹੀ ਦੀਵਾਲੀ ਹੋ ਗਈ ਹੁਣ ਤੇ ਹੁਣ ਵਾਰੀ ਆ ਮੇਰੀ ਹੁਣ ਤੁਸੀਂ ਦੱਸੋ ਕਿੰਨੇ ਕਿੰਨੇ ਰਿਟਰਨ ਗਿਫਟ ਦੇਣੇ ਮੈਨੂੰ ਹੁਣ ਮੈਂ ਆਪਣੇ ਸ਼ੌਂਕ ਦੱਸਾਂ ਨਾ ਇਹਨੂੰ ਸਾਰਿਆਂ ਨੂੰ ਤੁਸੀਂ ਤਾਂ ਆਪਣੇ ਦੱਸ ਤੇ ਦੱਸੋ ਠੀਕ ਆ ਮੈਂ ਲੈਣਾ ਇੱਕ ਸੋਨੇ ਦਾ ਕੜਾ ਠੀਕ ਹੈ ਤੁਹਾਡੇ ਸਾਰਿਆਂ ਤੁਸੀਂ ਸਾਰੇ ਰਲ ਕੇ ਲੈ ਦਿਓ ਚਲੋ ਸਾਰੇ ਰਲ ਕੇ ਲੈ ਦਿਓ ਅੱਜ ਦੱਸੀ ਤਾਂ ਜਾਣਾ ਵਾ ਦੱਸੋ 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 ਆਹ ਦੇਖੋ ਆਹ ਰਾਜੂ ਮੇਰਾ ਅੰਦਰ ਬੇਟੇ ਕੋਟ ਦੀ ਜੇਬ ਚ ਪਿਆ ਕੜਾ ਲਿਆ ਕੇ ਦਿਓ ਭਾਜੀ ਆਹ ਵੀ ਦੱਸ ਦਿਓ ਕੋਟ ਦੀ ਜੇਬ ਚ ਰੱਖਿਆ ਸੀ ਦੱਸ ਦਿਓ ਆਹ ਵੀ ਦੱਸ ਦਿਓ ਕੋਈ ਨਵਾਂ ਬੰਦਾ ਸਾਡੇ ਘਰ ਕੱਲ ਪਾਇਆ ਵਾ ਕੁਕੜਾ ਆਇਆ ਨਹੀਂ ਉਹਦਾ ਲੋਕਰ ਚੋਂ ਆਹ ਦੇਖੋ ਇਹਦੇ ਨਾਲ ਦਾ ਕੜਾ ਸੇਮ ਆਹ ਹੈਗਾ ਉਹਦਾ
अद्धे किलो तो थोड़ा जहा घट ठीक है पता नहीं वध तुम चलो छो तुम साइज एडा कर लो बना लो दस दस के तौले का फिर आ कहता हूँ अपनी यारी तुम मेरे यारी की सारी चौपी कर दिवाली का हो गया फाइनल अगले व्लॉग दे विच इन्हां सारे नूं आपां गिफ्ट कर देने ठीक है ते होर सारे जने ठीक ठाक चैनल सबसक्राइब करो म्यूजिक वाला चैनल कह दो यार सबसक्राइब कर लो सारे जने आपां एक म्यूजिक वाला मित्रों चैनल बनाया गगन लाली म्यूजिक चैनल सारे जने नूं सबसक्राइब कर लो ते वध तों वध उहदे उत्ते तुसीं थंबनेल ली फोटो ले लिए झूला चक ला दो चार इधर साइड चुक इधर आना एक मैं फड़ना वा एक तू फड़ झूले चक ला आ वाला फड़ा मैनू आ वाला फड़ा बड़ा मैं वाला ना आ आ वाला फड़ा मेरे कपड़े गंदे कर रहे हैं ऐदा आपा की थमाए दा ऐदा आपा फोटो थंबनेल ना खिचनी आ राजू नु का खिच दे हाथ थले करो तारा राजू तू खिच दे बस वीडियो दस के तू बना कि तू वीडियो दी क्लिप बनाउंदा पी आ जा आ देखो मेरे पुराने झूले सारी सफाई करती है ठीक है सब ही माड़ा गया माड़ा हॉस्पिटल पापा वाली एक्टिवा हैगी सभी को ठीक है ते वो एक्टिवा साबी लै गया हॉस्पिटल जो साबी आऊगा तो वो एक्टिवा आप कढ़ देनी हवा कढ़ देनी एक्टिवा के सवेरे पापा वो लैके ना जाने क्योंकि एक्टिवा लै जूगे पापा दूजी ठीक है तो जो पापा इस हवा निकली होनी तो पापा ने एक्टिवा छड़ आनी एक्टिवा की हवा कढ़ देनी जो साबी आ गया एक्टिवा जो हवा कढ़ती पापा ने लैके नहीं जानी तो फिर पापा ने तो सानू मना किया हो कि मतलब मैं एक्टिवा नहीं लैनी पर मैं एक्टिवा गिफ्ट कर देनी पापा को क्योंकि वो बहुत ज़्यादा पुरानी हो गई उन्हें दो तीन साल हो गए भी उन्नी च लई सी ठीक है तो आप एक्टिवा सवेरे जाना वा ये सेल कर देनी है तो नवी एक्टिवा लै आनी जल्दों पापा ने आना उदों आप एक्टिवा लिया के घर खिलार देनी घर नहीं रखनी मैं घर लै आवेंगे फिर चल जाएंगे उधर साबी के घर खिलार देंगे ठीक है फिर जब पापा आऊंगे अंदर आजूंगे तो फिर एक्टिवा लैके आवेंगे फिर पापा सरप्राइज देवे तो बस यही ठीक है उदा पापा ने एक्टिवा मना की पर मैं सोचा है कि गिफ्ट करनी करनी है सो आप सवेरे जाके एक्टिवा लै आवेंगे गेम भी खेडा कि पापा लैके ना जा और उन्होंने नवी लिया आवेंगे सवेरे तरीक तो मैं याद नहीं अभी कि अब भी इक्की है सवेरे फिर आप जाना एस पी वाले जे मतलब वेले हो गए फिर जावे नहीं तो फिर दिवाली तो बाद ही जावे तो आ ब्लॉग तुम देखा तुम्हें वधिया लगा होगा चैनल सबसक्राइब कर लो तो फिर डिस्क्रिप्शन जरा म्यूजिक चैनल का लिंक दिता उस जाके वीडियो देख लो ब्लॉग देख लो वाला वीडियो सच वीडियो देख लो काले एलम जिन्हें नहीं सुनया सुन लो तो उस चैनल वो तो वह सबसक्राइब करो 20,000 सबसक्राइबर कर दो हूँ खिच दो कम बस तो इस चैनल में भी सबसक्राइब कर दो मिलते हैं नए ब्लॉग से अगला ब्लॉग बहुत कैंट होगा पापा को सरप्राइज देना आप फिर बनावे पटाके वाला ब्लॉग ठीक है फिर पटाके लिया के आवेंगे फिर वो भी बना देंगे ठीक है सो आह चैनल करो सबसक्राइब मिलते हैं नए ब्लॉग से बाय बाय टेक केयर।